ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਜੋ ਟ੍ਰਿਬਿਊਨ ਦੇ ਵਿੱਚ ਨਿਊਜ਼ ਆਈ ਸੀ, ਇਹਦੇ ਵਿੱਚ ਉਹਨਾਂ ਨੇ ਵੈਕੈਂਸੀਆਂ ਕੱਢੀਆਂ ਨੇ ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ PPSC ਦੇ ਥਰੂ। ਇਹਦੇ ਵਿੱਚ ਉਹਨਾਂ ਨੇ ਔਨਲਾਈਨ ਐਪਲੀਕੇਸ਼ਨਸ ਜੋ ਡਿਮਾਂਡ ਕੀਤੀਆਂ ਨੇ, 158 ਪੋਸਟਾਂ ਨੇ ਪ੍ਰਿੰਸੀਪਲਸ ਆਫ ਡਿਪਾਰਟਮੈਂਟ ਆਫ ਐਜੂਕੇਸ਼ਨ ਦੀਆਂ। ਸੋ ਇਹਦੇ ਵਿੱਚ ਉਹਨਾਂ ਨੇ ਕੈਟਾਗਰੀਜ਼ ਵਾਈਜ਼ ਪੋਸਟਾਂ, ਜਿੱਦਾਂ ਜਰਨਲ ਕੈਟਾਗਰੀ ਦੀਆਂ 62 ਪੋਸਟਾਂ, ਐਕਸ ਸਰਵਿਸਮੈਨ ਦੀਆਂ 10, ਫਰੀਡਮ ਫਾਈਟਰ ਦੀਆਂ 2, ਸਪੋਰਟਸ ਪਰਸਨ ਦੀਆਂ 3, ਬਾਕੀ ਹੈਂਡੀਕੈਪ ਕੋਟੇ ਦੀਆਂ SC RO ਦੀਆਂ 16, MNB ਦੀਆਂ 3, ਵਾਲਮੀਕੀ, ਮਜ਼੍ਹਬੀ, ਸਿੱਖ, ਸਾਰੀਆਂ ਟੋਟਲ 158 ਪੋਸਟਾਂ ਨੇ। ਤੋ ਪੇ ਸਕੇਲ ਇਹਦਾ ਜੋ ਹੈ 1500, 4600, 3900 ਅਤੇ 6600 ਗ੍ਰੇਡ ਪੇ। ਸੋ ਇਹਦੀ ਜੋ ਐਸੈਂਸ਼ੀਅਲ ਕੁਆਲੀਫਿਕੇਸ਼ਨ, ਉਹਦੇ ਵਿੱਚ ਉਹਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਆਰਟਸ ਜਾਂ ਸਾਇੰਸ ਜਾਂ ਇੰਜੀਨੀਅਰਿੰਗ ਦੇ ਵਿੱਚ। ਅਤੇ ਇਹਦੇ ਵਿੱਚ ਮਾਸਟਰ ਡਿਗਰੀ ਆਰਟਸ ਸਾਇੰਸ ਦੇ ਵਿੱਚ ਹੋਵੇ, ਇੰਜੀਨੀਅਰਿੰਗ ਦੇ ਵਿੱਚ ਮਿਨੀਮਮ ਇਹਦੇ ਵਿੱਚ 50% ਮਾਰਕਸ ਚਾਹੀਦੇ ਨੇ। ਜਨਰਲ ਕੈਟਾਗਰੀ 45 ਜੋ ਹੈ, ਅਦਰ ਕੈਟਾਗਰੀ ਨੇ ਸ਼ੁੱਡ ਹੈਵ ਪਾਸਡ ਡਿਗਰੀ ਔਫ ਬੈਚਲਰ ਐਜੂਕੇਸ਼ਨ ਰਿਕੋਗਨਾਈਜ਼ ਯੂਨੀਵਰਸਿਟੀ ਦੇ ਵਿੱਚ ਹੋਣੀ ਚਾਹੀਦੀ ਹੈ। ਅਤੇ ਸ਼ੁੱਡ ਹੈਵ ਦਾ ਟੀਚਿੰਗ ਐਕਸਪੀਰੀਅੰਸ ਫਾਰ ਏ ਮਿਨੀਮਮ ਪੀਰੀਅਡ ਆਫ 3 ਈਅਰ, 3 ਸਾਲ ਦਾ ਐਕਸਪੀਰੀਅੰਸ ਚਾਹੀਦਾ। ਅਤੇ ਗੌਰਮੈਂਟ ਸਕੂਲ ਅੰਡਰ ਦਾ ਕੰਟਰੋਲ ਆਫ ਡਾਇਰੈਕਟਰ, ਇਹਨਾਂ ਦੇ ਅੰਡਰ ਜੋ ਸਕੂਲ ਆਉਂਦੇ ਨੇ, 10ਵੀਂ 'ਚ ਮੈਟ੍ਰਿਕ ਪੰਜਾਬੀ ਹੋਣੀ ਚਾਹੀਦੀ ਹੈ। ਏਜ ਇਹਦੇ ਵਿੱਚ 18 to 37 ਦੇ ਵਿੱਚ ਹੈ। ਅਤੇ ਦਾ ਕਮਿਸ਼ਨ ਸ਼ੈਲ ਵੀ ਹੋਲਡ ਕੰਪੀਟੀਟਿਵ ਇਗਜ਼ਾਮ ਹੋਏਗਾ, ਇਹਦੇ ਵਿੱਚ ਜੋ ਹੈ 7 ਮਈ ਰੱਖੀ ਗਈ ਹੈ। ਡਿਟੇਲ ਉਹਦੀ ਜੋ ਨੋਟੀਫਿਕੇਸ਼ਨ ਤੁਸੀਂ PPSC.gov ਦੇ ਵਿੱਚ ਦੇਖ ਸਕਦੇ ਹੋ। ਅਤੇ ਕੈਂਡੀਡੇਟ ਦੀ ਜਿਹੜੀ ਕੁਆਲੀਫਿਕੇਸ਼ਨ ਹੈ 31 ਮਈ ਤੋਂ ਪਹਿਲੇ ਹੋਣੀ ਚਾਹੀਦੀ ਹੈ 2020 ਦੇ ਵਿੱਚ। ਔਨਲਾਈਨ ਜੋ ਇਹਦੇ ਫਾਰਮ ਨੇ ਉਹ ਦੋਸਤੋ 30 ਲਾਸਟ ਡੇਟ ਇਹਦੀ 30 ਅਪ੍ਰੈਲ ਹੈ, ਅਤੇ ਫੀਸ ਜਮ੍ਹਾਂ ਕਰਵਾਉਣ ਦੀ ਜੋ ਡੇਟ ਆ ਉਹ 7 ਮਈ ਹੈ। ਸੋ ਇਹ ਬਹੁਤ ਹੀ ਜ਼ਰੂਰੀ ਸੂਚਨਾ ਸੀ, ਅਤੇ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਨੂੰ ਸ਼ੇਅਰ ਕਰੋ। ਜਿਹੜੇ ਸਕੂਲਾਂ ਦੇ ਵਿੱਚ 3 ਸਾਲ ਤੋਂ ਪੜ੍ਹਾ ਰਹੇ ਨੇ ਉਹ ਇਸ ਪੋਸਟ ਲਈ ਪੂਰੀ ਤਰ੍ਹਾਂ ਐਲੀਜੀਬਲ ਨੇ ਪ੍ਰਿੰਸੀਪਲ ਦੀ ਪੋਸਟ ਲਈ। ਅਤੇ ਥੈਂਕ ਯੂ ਵੈਰੀ ਮੱਚ ਦੋਸਤੋ, ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਦੋਸਤਾਂ ਨੂੰ ਜਾਣਕਾਰੀ ਮਿਲ ਸਕੇ। ਇਹਦੀ ਪੂਰੀ ਜੋ ਜਾਣਕਾਰੀ ਲਈ ਜੋ ਇਹਦੀ ਅਫੀਸ਼ੀਅਲ ਵੈਬਸਾਈਟ ਹੈ PPSC ਦੀ, PPSC.gov.in, ਇੱਥੇ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਅਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਬਾਕੀ ਦੇ ਵੀਡੀਓ ਲਈ ਮੇਰੇ ਚੈਨਲ ਦੇ ਨਾਲ ਬਣੇ ਰਹੋ। ਅਤੇ ਇਹਦਾ ਮੈਂ ਜੋ ਪੇਪਰ ਪਿਛਲੀ ਵਾਰ ਹੋਇਆ ਸੀ ਉਹਦੀ ਵੀ ਮੈਂ ਵੀਡੀਓ ਪਾਈ ਸੀ, ਜੇ ਕਿਸੇ ਨੂੰ ਉਹਦਾ ਪੇਪਰ ਚਾਹੀਦਾ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ। ਥੈਂਕ ਯੂ ਵੈਰੀ ਮੱਚ ਐਂਡ ਗੁੱਡ ਲੱਕ ਫਾਰ ਯੂਰ ਐਗਜ਼ਾਮ।